ಬಾಪು ಅಪ್ಪ ಬೇಕು ತರಕಿ ಯಾರು ಕೇವ ತೋಕದ ಚಲ್ಲ हां भाई मुश्ताक के आ जा गए भाई मैं हां सर जी मैं या इथे बै हां भाई मुश्ताक से पासपोर्ट बनवाना है जी जी चल मुंह सुधा कर तेरी फोटो बनावा इधर वे आप वो तो खींची की फोटो है चेक कर जरा सर जी धुंधली है दोबारा बना लो ओ ठीक है मुश्ताक इनू की है मैं तो फोटो नहीं खींचदा मैं पासपोर्ट बनवाना वा ठीक है ना पहचान जानगे लोग की टेंशन ना ले मगर फिर भी चलो खींच लेंदे और पासपोर्ट बनवाना है कि नहीं जी सर बनवाना है चल फिर नाम दस अपना मुश्ताक अच्छा जी ठीक है मुशर्रफ भाई जी मुश्ताक 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 भरावा मुशर्रफ लिखा गया और नहीं पा जी मेरा नाम मुश्ताक है इन बदलो कोई मसला नहीं वीर जी बदल देंगे इतने थोड़ी असि खिदमत करने बैठे हैं सर मेहरबानी बदल दियो वीर जी 10,000 रुपया लगेगा नाम बदलन का मैं तुहानू भाई जी सही दस्या सी गलती तुहाडी है मैं कहना 10,000 रुपए दवा ते कोई गल नहीं वीर जी फिर मुशर्रफ ही जान दियो नाल ना परवेज भी ले देना मारा ना नहीं है बाबा जी कोई बच्ची सेट करा दो ओ बाबा पैसे लग दे ने क्यों बीमार है ओ नहीं ओए पैसे खवाने पेंदे ने बाबा सुबह उठ के की करना है अल्लाह दा शुक्र करना के जिंदा वा ते बुरश भी करया करना कैसे भी जिंदा रहिए बाबा जी मैं भी तुम्हारे ग्रुप च आना चाहना तेनू पता है तू तक आने लिए कितना टाइम लगता है 2 घंटे अपनी गड्डी ते 2 घंटे पैदल 3 लग जाएंगे जाली बुहिमिया ओए यार मेरे मशूक दी शादी होगी कोई रैप से सुना दियो मुबारक हो तुमको ये शादी तुम्हारी सदा खुश रखो ये दुआ है हमारी जनाब तुम्हारी कुड़ी का रिश्ता चाहिए अपनी औकात वेखी आ किथे राजा बोश ते किथे गंगू तेली वो दो किथे ने सानू नहीं पता तू दे सू बाबा जी मैं वाशरूम चो के आया ਯਾ ਕਿਉਂ ਡਰ ਗਿਆ ਹੁਣੀ ਪਤਾ ਲੱਗ ਜਾਂਦਾ ਤੈਨੂੰ ਇਹ ਤੁਹਾਡਾ ਬਿੱਲ ਇਸ ਵਜ੍ਹਾ ਤੋਂ ਗਿਆ ਹੀ ਆ ਬਿੱਲ ਤੇ ਨਹੀਂ ਨਾ ਦਿੱਤਾ ਓ ਯਾਰ ਇੰਜ ਨਾ ਕਰਿਆ ਕਰੋ ਮੈਂ ਨਵਾਂ ਨਵਾਂ ਸੌਦੀ ਆਇਆ ਤੇ ਮੇਰਾ ਦਿਲ ਨਹੀਂ ਲੱਗ ਰਿਹਾ ਮੈਂ ਰੋਜ਼ ਘਰਦਿਆਂ ਨੂੰ ਕਾਲ ਕਰਕੇ ਕਹਿਣਾ ਕਿ ਯਾਰ ਇੱਥੇ ਕੰਮ ਬੜਾ ਮੁਸ਼ਕਲ ਹੈ ਕਫੀਲ ਟਾਈਮ ਸਿਰ ਤਨਖਾਹ ਨਹੀਂ ਦਿੰਦਾ ਰਾਤ ਦਿਨ ਕੰਮ ਲੈਂਦਾ ਨਾ ਮੇਰੀ ਨੀਂਦ ਪੂਰੀ ਹੁੰਦੀ ਹੈ ਨਾ ਇਥੋਂ ਦੀ ਰੋਟੀ ਖਾਣ ਨੂੰ ਦਿਲ ਕਰਦਾ ਮੈਂ ਐਵੇਂ ਦੀ ਉਹਨਾਂ ਨੂੰ ਬੜੀਆਂ ਪੁੱਟੀਆਂ ਸਿੱਧੀਆਂ ਗੱਲਾਂ ਸੁਣਾਉਣਾ ਹਾਂ ਕਿ ਕਿਸੇ ਤਰੀਕੇ ਨਾਲ ਮੇਰੇ ਘਰ ਦੇ ਮੈਨੂੰ ਪਾਕਿਸਤਾਨ ਸੱਦ ਲੈਣ ਲੇਕਿਨ ਉਹ ਇਸ ਪਾਸੇ ਆਉਣ ਲਈ ਰਾਜ਼ੀ ਨਹੀਂ ਹੈ 2-4 ਦਿਨ ਗੁਜ਼ਰੇ ਤੇ ਮੇਰਾ ਇੱਕ ਦੋਸਤ ਮੈਨੂੰ ਕਹਿੰਦਾ ਯਾਰ ਮੈਂ ਨਾ ਪਾਕਿਸਤਾਨ ਜਾ ਰਿਹਾ ਜੇ ਆਪਣੇ ਘਰਦਿਆਂ ਵਾਸਤੇ ਕੋਈ ਚੀਜ਼ ਘੱਲਣੀ ਹੈ ਤੇ ਮੈਨੂੰ ਦੇ ਦੇ ਮੈਂ ਤੁਹਾਡੇ ਘਰ ਪਹੁੰਚਾ ਦਾਂਗਾ ਹੁਣ ਸੌਦੀਆਂ ਦੇ ਵਿੱਚ ਅਰਬੀ ਦੇ ਵਿੱਚ ਰੋਟੀ ਨੂੰ ਖੁਬਸ ਕਹਿੰਦੇ ਨੇ ਉਹ ਥੋੜੀ ਜਿਹੀ ਭਾਰੀ ਤੇ ਮੋਟੀ ਹੁੰਦੀ ਆ ਪਾਕਿਸਤਾਨ ਦੇ ਵਿੱਚ ਤੇ ਪਤਲੀਆਂ ਪਤਲੀਆਂ ਰੋਟੀਆਂ ਹੁੰਦੀਆਂ ਨੇ ਸੌਦੀਆਂ ਦੇ ਵਿੱਚ ਉਹ ਥੋੜੀ ਜਿਹੀ ਭਾਰੀ ਹੁੰਦੀ ਆ ਤੇ ਆਮ ਦੁਕਾਨਾਂ ਤੋਂ ਉਹਨਾਂ ਦੇ ਪੈਕਟ ਮਿਲ ਜਾਂਦੇ ਨੇ ਮੈਂ ਦੁਕਾਨ ਤੋਂ ਪੈਕਟ ਲਿਆ ਤੇ ਮੈਂ ਆਪਣੇ ਦੋਸਤ ਨੂੰ ਦਿੱਤਾ ਕਿ ਯਾਰ ਸਾਡੇ ਘਰ ਦੇ ਦੀ ਮੇਰੇ ਜ਼ਿਹਨ ਦੇ ਵਿੱਚ ਇਹ ਕਿ ਚੱਲ ਯਾਰ ਉਹ ਜਦੋਂ ਖਾਣਗੇ ਉਹਨਾਂ ਦੇ ਦਿਲ ਦੇ ਵਿੱਚ ਰਹਿਮ ਪੈਦਾ ਹੋਏਗਾ ਕਿ ਯਾਰ ਸਾਡਾ ਮੁੰਡਾ ਇੰਨੀ ਭਾਰੀ ਰੋਟੀ ਖਾਂਦਾ ਹੈ ਫਿਰ ਮੈਨੂੰ ਪਾਕਿਸਤਾਨ ਸੱਦ ਲੈਣਗੇ 2 ਦਿਨ ਗੁਜ਼ਰੇ ਤੇ ਮੇਰੀ ਅੰਮੀ ਨੇ ਮੈਨੂੰ ਕਾਲ ਕੀਤੀ ਕਹਿੰਦੀ ਪੁੱਤਰ ਉਹ ਜਿਹੜਾ ਤੂੰ ਸਾਨੂੰ ਤਬਰਕ ਭੇਜਿਆ ਸੀ ਨਾ ਉਹ ਕੁਛ ਅਸੀਂ ਖਾ ਲਿਆ ਕੁਛ ਅਸੀਂ ਮਹੱਲੇਦਾਰਾਂ ਨੂੰ ਵੰਡ ਦਿੱਤਾ ਤੇਰੀ ਮਿਹਰਬਾਨੀ ਆ 2-3 ਪੈਕਟ ਹੋਰ ਭੇਜੀ ਜਿਹੜੇ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਵੰਡ ਦਈਏ ਤੇ ਮੇਰਾ ਪੁੱਤਰ ਦਿਲ ਲਾ ਕੇ ਕੰਮ ਕਰ ਰਾਤੀ ਬਿਜਲੀ ਚਲੀ ਗਈ ਤੇ ਨੈੱਟ 2 ਘੰਟੇ ਬੰਦ ਰਿਹਾ ਮੈਂ 2 ਘੰਟੇ ਘਰ ਵਾਲਿਆਂ ਨਾਲ ਬਹਿ ਗਿਆ ਅੱਛੇ ਬੰਦੇ ਆ ਯਾਰ